ਦੋਸਤੋ ਇੱਕ ਐਸ ਵੇਲੇ ਖਾਸ ਵੱਡੀ ਖਬਰ ਦਾ ਰੁਖ ਕਰ ਲੈਨੇ ਆਂ ਖਬਰ ਜੁੜੀ ਹੋਈ ਹੈ ਜੀ ਅਮਰਤਪਾਲ ਸਿੰਘ ਹੋਰਾਂ ਦੇ ਨਾਲ ਤੇ ਲੱਖਾ ਸਿਧਾਣਾ ਦੇ ਨਾਲ ਜਿੱਥੇ ਕਿ ਅਮਰਤਪਾਲ ਤੇ ਲੱਖਾ ਸਿਧਾਣਾ ਤੇ ਸਿੱਧੂ ਮੂਸੇਵਾਲੇ ਦੇ ਮਾਪੇ ਇਕੱਠੇ ਹੋਏ ਨੇ ਸਭ ਤੋਂ ਪਹਿਲਾਂ ਸਿੱਧੂ ਨੂੰ ਇਨਸਾਫ ਮਿਲੇਗਾ ਇਸ ਦੀ ਮੰਗ ਕੀਤੀ ਜਾ ਰਹੀ ਹੈ ਜਿੱਥੇ ਕਿ ਲੱਖਾ ਸਿਧਾਨਾਂ ਦੇ ਉੱਪਰ ਹੋਏ ਝੂਠੇ ਪਰਚੇ ਨੂੰ ਰੱਦ ਕਰਵਾਉਣ ਦੇ ਲਈ ਪੰਜਾਬ ਦੇ ਲੋਕ ਇਕੱਤਰਤ ਹੋਏ ਨੇ ਪੰਜਾਬ ਦੇ ਲੋਕਾਂ ਨੇ ਵੱਡਾ ਇਕੱਠ ਕਰਕੇ ਦਿਖਾਇਆ ਹੈ ਦੂਜੇ ਪਾਸੇ ਜਿੱਥੇ ਕਿ ਮੂਸੇ ਵਾਲੇ ਦੇ ਮਾਪੇ ਵੀ ਅੱਜ ਆਪਣੇ ਪੁੱਤ ਦੀ ਮੌਤ ਦਾ ਇਨਸਾਫ ਮੰਗ ਰਹੇ ਨੇ ਪੰਜਾਬ ਸਰਕਾਰ ਤੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਇੱਕ ਖਾਸ ਗੱਲ ਜਿਹੜੀ ਹੈ ਉਹ ਵੀ ਸਾਹਮਣੇ ਆ ਰਹੀ ਹੈ ਜਿੱਥੇ ਕਿ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੇ ਅੱਜ ਆਪਣੇ ਪੁੱਤ ਲਈ ਇਨਸਾਫ ਮੰਗਿਆ ਤੇ ਲੋਕਾਂ ਦੇ ਲਈ ਵੀ ਕੁਝ ਖਾਸ ਗੱਲਾਂ ਕੀਤੀਆਂ ਨੇ ਹਾਲਾਂਕਿ ਮਾਪਿਆਂ ਨੇ ਇੱਕ ਇਹ ਗੱਲ ਵੀ ਕਹੀ ਹੈ ਕਿ ਜੋ ਵੀ ਸਾਡੇ ਲਈ ਖੜਦਾ ਏ ਉਸ ਦੇ ਉੱਪਰ ਇਦਾਂ ਕਿਉਂ ਕੀਤਾ ਜਾਂਦਾ ਏ ਜਿੱਥੇ ਕਿ ਜੋ ਵੀ ਸਿੱਧੂ ਲਈ ਇਨਸਾਫ ਮੰਗਦਾ ਹੈ ਉਸ ਦੇ ਉੱਪਰ ਕਿਵੇਂ ਕਾਰਵਾਈ ਕੀਤੀ ਜਾਂਦੀ ਹੈ ਜੋ ਕਿ ਬਹੁਤ ਹੀ ਗਲਤ ਗੱਲ ਹੈ ਇਹ ਗੱਲ ਸਾਹਮਣੇ ਸਾਫ ਹੋ ਰਹੀ ਹੈ ਸਿੱਧੂ ਮੂਸੇਵਾਲੇ ਦੇ ਲਈ ਇਨਸਾਫ ਮੰਗਣ ਵਾਲੀ ਗਾਇਕਾ ਜੈਨੀ ਜੋਹਲ ਦੇ ਉੱਪਰ ਸਰਕਾਰ ਪਰਚਾ ਦਰਜ ਕਰਨ ਜਾ ਰਹੀ ਹੈ ਤੁਹਾਨੂੰ ਦੱਸਾਂਗੇ ਪਿਛਲੇ ਦਿਨਾਂ ਦੇ ਵਿੱਚ ਜੋ ਕਿ ਸਿੱਧੂ ਮੂਸੇਵਾਲੇ ਦੇ ਲਈ ਉਸਨੇ ਗਾਣਾ ਗਾਇਆ ਸੀ ਤੇ ਸੀਐਮ ਭਗਵੰਤ ਮਾਨ ਨੂੰ ਕੁਝ ਸਵਾਲ ਵੀ ਕਰ ਦਿੱਤੇ ਸੀ ਤੇ ਗਾਇਕਾ ਜੈਨੀ ਜੋਹਲ ਦੇ ਉੱਪਰ ਪਰਚਾ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਤੇ ਸੀਐਮ ਭਗਵੰਤ ਮਾਨ ਨੂੰ ਲੋਕਾਂ ਨੇ ਸਵਾਲ ਕੀਤੇ ਨੇ ਤੇ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੇ ਵੀ ਗਾਇਕਾ ਜੈਨੀ ਜੋਹਲ ਦੀ ਜਿਹੜੀ ਹੈ ਪੱਖਪੂਰਤੀ ਕੀਤੀ ਹੈ ਤੇ ਨਾਲ ਹੀ ਪੰਜਾਬ ਸਰਕਾਰ ਨੂੰ ਕੁਝ ਸਵਾਲ ਵੀ ਕਰ ਦਿੱਤੇ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲਗਭਗ 4 ਮਹੀਨੇ ਪੂਰੇ ਹੋ ਚੁੱਕੇ ਨੇ ਤੇ ਵੱਦ ਦਾ ਸਮਾਂ ਹੋ ਚੁੱਕਿਆ ਏ ਪਰ ਹਾਲੇ ਤੱਕ ਉਸ ਨੂੰ ਇਨਸਾਫ ਨਹੀਂ ਮਿਲਿਆ ਏ ਸਿੱਧੂ ਦੇ ਇਨਸਾਫ ਲਈ ਜਿੱਥੇ ਉਸ ਦਾ ਪਰਿਵਾਰ ਥਾਂ-ਥਾਂ ਠੋਕਰਾਂ ਖਾ ਰਿਹਾ ਹੈ ਉੱਥੇ ਹੀ ਪੰਜਾਬੀ ਗਾਇਕਾ ਜੈਨੀ ਜੋਹਲ ਨੇ ਆਪਣੇ ਗੀਤ ਲੈਟਰ ਟੂ ਸੀਐਮ ਰਾਹੀਂ ਮੂਸੇਵਾਲੇ ਲਈ ਇਨਸਾਫ ਦੀ ਮੰਗ ਵੀ ਕਰ ਦਿੱਤੀ ਹੈ ਇਹ ਗੀਤ YouTube ਤੋਂ ਜਿਵੇਂ ਕਿ ਲੈਟਰ ਟੂ ਸੀਐਮ ਰਾਹੀਂ ਮੂਸੇਵਾਲੇ ਦੇ ਲਈ ਇਨਸਾਫ ਦੀ ਮੰਗ ਕੀਤੀ ਹੈ ਇਹ ਗੀਤ ਕਈਆਂ ਨੂੰ ਰਾਸ ਨਹੀਂ ਆਇਆ ਏ ਇਸ ਗੀਤ ਨੂੰ YouTube ਤੋਂ ਡਿਲੀਟ ਕਰ ਦਿੱਤਾ ਗਿਆ ਏ ਜੈਨੀ ਜੋਹਲ ਨੇ ਆਪਣੇ ਗੀਤ ਲੈਟਰ ਟੂ ਸੀਐਮ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਵਿੰਨੇ ਸਨ ਇਸ ਗੀਤ ਰਾਹੀਂ ਜੈਨੀ ਜੋਹਲ ਨੇ ਮੂਸੇਵਾਲੇ ਦੇ ਕਲਤਲ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਸੀ ਉਥੇ ਹੀ ਮੂਸੇਵਾਲੇ ਦੇ ਮਾਪੇ ਵੀ ਜੈਨੀ ਜੋਹਲ ਦੇ ਹੱਕ ਦੇ ਵਿੱਚ ਡਟ ਗਏ ਨੇ ਮੂਸੇਵਾਲੇ ਦੇ ਮਾਪਿਆਂ ਨੇ ਕਿਹਾ ਏ ਕਿ ਜੈਨੀ ਜੋਹਲ ਨੇ ਆਪਣੇ ਗੀਤ ਦੇ ਵਿੱਚ ਸੱਚ ਬੋਲਿਆ ਏ ਅਤੇ ਇਨਸਾਫ ਦੀ ਮੰਗ ਕੀਤੀ ਹੈ ਅੱਜ ਉਸ ਦੇ ਖਿਲਾਫ ਕੇਸ ਦਰਜ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਉਹਨਾਂ ਨੇ ਕਿਹਾ ਏ ਕਿ ਜੇਕਰ ਉਸ ਲੜਕੀ ਨੂੰ ਕੋਈ ਨੁਕਸਾਨ ਪਹੁੰਚਦਾ ਏ ਤਾਂ ਉਸ ਲਈ ਅਸੀਂ ਸਾਰੇ ਜ਼ਿੰਮੇਵਾਰ ਹੋਵਾਂਗੇ ਕਿਉਂਕਿ ਸਾਡੇ 'ਚ ਸੱਚ ਬੋਲਣ ਦੀ ਹਿੰਮਤ ਨਹੀਂ ਹੈ ਸਰਕਾਰ ਨੇ ਸਾਡੇ ਤੋਂ 20 ਦਿਨ ਦਾ ਸਮਾਂ ਮੰਗਿਆ ਸੀ ਪਰ 5 ਮਹੀਨੇ ਹੋ ਗਏ ਨੇ ਅੱਜ ਤੱਕ ਇਨਸਾਫ ਨਹੀਂ ਮਿਲਿਆ ਹੈ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾਾਂ ਦਿੱਤੀਆਂ ਜਾਣ ਇਹ ਗੱਲ ਕੀਤੀ ਜਾ ਰਹੀ ਹੈ ਹੁਣ ਗੱਲ ਕੀਤੀ ਜਾਵੇ ਜਿੱਥੇ ਕਿ ਮੂਸੇ ਵਾਲੇ ਦੇ ਮਾਪੇ ਜੈਨੀ ਜੋਹਲ ਦੇ ਹੱਕ ਦੇ ਵਿੱਚ ਆ ਗਏ ਨੇ ਤੇ ਇਹ ਗਾਣਾ ਵੀ YouTube ਤੋਂ ਡਿਲੀਟ ਕਰ ਦਿੱਤਾ ਗਿਆ ਇਹ ਸ਼ਨੀਵਾਰ ਨੂੰ ਇਹ ਗਾਣਾ ਰਿਲੀਜ਼ ਹੋਇਆ ਸੀ ਰਿਲੀਜ਼ ਹੁੰਦਿਆਂ ਹੀ ਗੀਤ ਸੁਰਖੀਆਂ ਦੇ ਵਿੱਚ ਆ ਗਿਆ ਪਰ ਇਹ ਗੀਤ YouTube ਤੋਂ ਹੁਣ ਗਾਇਬ ਹੋ ਚੁੱਕਿਆ ਏ ਦੱਸਦੀ ਏ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਇਨਸਾਫ ਦੀ ਮੰਗ ਕਰਦੇ ਹਾਂ ਗਾਇਕਾ ਜੈਨੀ ਜੋਹਲ ਦੇ ਨਵੇਂ ਗੀਤ ਨੇ ਸਿਆਸਤ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਇਸ ਗੀਤ ਰਾਹੀਂ ਗਾਇਕ ਜੈਨੀ ਜੋਹਲ ਨੇ ਭਗਵਾਨ ਤਮਨ ਨੂੰ ਸਿੱਧਾ ਸਵਾਲ ਕੀਤਾ ਹੈ ਕਿ ਸਿੱਧੂ ਮੂਸੇਵਾਲੇ ਦੇ ਕਤਲ ਨੂੰ 4 ਮਹੀਨੇ ਬੀਤ ਚੁੱਕੇ ਨੇ ਹੁਣ ਦੱਸੋ ਇਨਸਾਫ ਕਿਤੇ ਹੈ ਜੈਨੀ ਜੋਹਲ ਦੇ ਇਸ ਨਵੇਂ ਗੀਤ ਦੇ ਬੋਲ ਨੇ ਸਾਡੇ ਘਰ ਉੱਜੜ ਗਏ ਤੁਹਾਡੇ ਘਰ ਗੂੰਜਣ ਸ਼ਹਿਨਾਈਆਂ ਇਸ ਤੋਂ ਇਲਾਵਾ ਇਸ ਗੀਤ ਦੇ ਵਿੱਚ ਗਾਇਕਾ ਨੇ ਮੂਸੇਵਾਲੇ ਦੀ ਸੁਰੱਖਿਆ ਘਟਕੀਤੇ ਜਾਣ ਨੂੰ ਵੀ ਸਵਾਲ ਕੀਤਾ ਹੈ ਤੇ ਮੀਡੀਆ ਦੇ ਵਿੱਚ ਖਬਰਾਂ ਲੀਕ ਕਰਨ ਦੇ ਮਾਮਲੇ ਨੂੰ ਵੀ ਸਵਾਲ ਚੁੱਕਿਆ ਏ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਰਿਕਾਰਡ ਤੋੜ ਜਿੱਤ ਦਾ ਵੀ ਜ਼ਿਕਰ ਕੀਤਾ ਗਿਆ ਏ ਤੇ ਜਿੱਥੇ ਕਿ ਮਾਪੇ ਅੱਜ ਦਰਬਦਰ ਦੀਆਂ ਠੋਕਰਾਂ ਖਾ ਰਹੇ ਨੇ ਆਪਣੇ ਪੁੱਤ ਦੀ ਮੌਤ ਦੀ ਇਨਸਾਫ ਨੂੰ ਲੈ ਕੇ ਮੂਸੇਵਾਲ ਦੇ ਕਤਲ ਨੂੰ ਸਾਢੇ 4 ਮਹੀਨੇ ਬੀਤ ਚੁੱਕੇ ਨੇ ਪਰ ਉਸ ਨੂੰ ਇਨਸਾਫ ਮਿਲਣਾ ਤੇ ਦੂਰ ਦੀ ਗੱਲ ਕੋਈ ਗੱਲ ਵੀ ਨਹੀਂ ਹੋ ਰਹੀ ਹੈ ਸਿੱਧੂ ਦੇ ਇਨਸਾਫ ਲਈ ਜਿੱਥੇ ਉਸ ਦਾ ਪਰਿਵਾਰ ਥਾਂ ਥਾਂ ਠੋਕਰਾਂ ਖਾ ਰਿਹਾ ਹੈ ਉੱਥੇ ਹੀ ਪੰਜਾਬੀ ਕਲਾਕਾਰ ਵੀ ਉਸ ਦੇ ਇਨਸਾਫ ਦੀ ਮੰਗ ਕਰ ਰਹੇ ਨੇ ਜੈਨੀ ਜੋਹਲ ਦਾ ਇਹ ਗੀਤ ਸੁਣਨ ਤੋਂ ਬਾਅਦ ਮੂਸੇਵਾਲ ਦੇ ਫੈਨਸ ਕਮੈਂਟ ਕਰਕੇ ਸਿੱਧੂ ਮੂਸੇਵਾਲ ਦੇ ਮਾਤਾ ਪਿਤਾ ਲਈ ਇਨਸਾਫ ਦੀ ਮੰਗ ਵੀ ਕਰ ਰਹੇ ਨੇ ਤੇ ਨਾਲ ਹੀ ਜੈਨੀ ਜੋਹਲ ਨੂੰ ਵੀ ਕੁਝ ਗੱਲਾਂ ਕਹਿ ਰਹੇ ਨੇ ਕਿ ਗਾਇਕਾ ਜੈਨੀ ਜੋਹਲ ਨੇ ਜੋ ਕੀਤਾ ਹੈ ਹਾਲਾਂਕਿ ਉਹ ਬਹੁਤ ਹੀ ਵਧੀਆ ਕੀਤਾ ਹੈ ਹੁਣ ਜੇ ਗੱਲ ਕੀਤੀ ਜਾਵੇ ਤਾਂ ਗਾਇਕਾ ਜੈਨੀ ਜੋਹਲ ਨੇ ਸਿੱਧੂ ਮੂਸੇਵਾਲੇ ਲਈ ਪਹਿਲੋ ਵੀ ਇਨਸਾਫ ਮੰਗਿਆ ਸੀ ਹੁਣ ਦੁਬਾਰਾ ਤੋਂ ਇਨਸਾਫ ਮੰਗਿਆ ਹੈ ਕਲਾਕਾਰ ਵੀ ਉਸ ਦੇ ਇਨਸਾਫ ਦੀ ਆਪੋ ਆਪਣੇ ਤਰੀਕਿਆਂ ਨਾਲ ਮੰਗ ਕਰ ਰਹੇ ਨੇ ਤੇ ਪੰਜਾਬੀ ਗਾਇਕਾ ਜੈਨੀ ਜੋਹਲ ਨੇ ਵੀ ਗੀਤ ਦੇ ਵਿੱਚ ਇਨਸਾਫ ਹੀ ਮੰਗਿਆ ਏ ਜਿਸ ਗੀਤ ਨੇ ਤਹਿਲਕਾ ਮਚਾ ਦਿੱਤਾ ਸਿੱਧੂ ਮੂਸੇਵਾਲੇ ਲਈ ਇਨਸਾਫ ਦੀ ਮੰਗ ਕੀਤੀ ਗਈ ਹੈ ਗਾਣੇ ਦੇ ਦੌਰਾਨ ਤੇ ਉਸ ਗਾਣੇ ਦੇ ਬੋਲ ਖੁਦ ਜੈਨੀ ਜੋਹਲ ਨੇ ਲਿਖੇ ਨੇ ਇਸ ਸੰਗੀਤ ਬੱਦਵੀ ਉਹਨਾਂ ਨੇ ਖੁਦ ਹੀ ਕੀਤਾ ਇਸ ਗੀਤ ਨੂੰ 뮤직 ਪ੍ਰਿੰਸ ਸੱਗੂ ਨੇ ਦਿੱਤਾ ਹੈ ਜਿਸ ਨੂੰ ਲਾਉਡ ਵੇਵਸ ਦੇ ਲੈਵਲ ਹੇਟ ਰਿਲੀਜ਼ ਕੀਤਾ ਗਿਆ ਸੀ ਇਸ ਗੀਤ ਨੂੰ ਵੱਡੀ ਗਿਣਤੀ ਚ ਲੋਕਾਂ ਵੱਲੋਂ ਪਸੰਦ ਕੀਤਾ ਗਿਆ ਇਸ ਦੇ ਨਾਲ ਹੀ ਮੂਸੇ ਵਾਲੇ ਦੇ ਪ੍ਰਸ਼ੰਸਕ ਵੀ ਭਾਵਕ ਹੋ ਰਹੇ ਨੇ ਤੇ ਆਪਣੇ ਚਾਉਣ ਵਾਲੇ ਯਾਨੀ ਕਿ ਸਿੱਧੂ ਮੂਸੇ ਵਾਲੇ ਦੇ ਚਾਉਣ ਵਾਲੇ ਉਸ ਦੇ ਮਾਪਿਆਂ ਨੂੰ ਇਨਸਾਫ ਦੇਣ ਦੀ ਮੰਗ ਵੀ ਕਰ ਰਹੇ ਨੇ 29 ਮਈ ਨੂੰ ਜਿੱਥੇ ਸਿੱਧੂ ਦਾ ਕਤਲ ਹੁੰਦਾ ਹੈ ਸਿੱਧੂ ਮੂਸੇਵਾਲੇ ਦੇ ਮਾਪੇ ਆਪਣੇ ਆਪਣੇ ਮ੍ਰਿਤਕ ਮਾਪੇ ਆਪਣੇ ਮ੍ਰਿਤਕ ਪੁੱਤਰ ਦੇ ਮੁਲਜ਼ਮਾਂ ਨੂੰ ਇਨਸਾਫ ਦਿਵਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਕੁਝ ਸਮਾਂ ਪਹਿਲਾਂ ਉਹਨਾਂ ਦੇ ਵੱਲੋਂ ਕੈਂਡਲ ਮਾਰਚ ਵੀ ਕੱਢਿਆ ਗਿਆ ਸੀ ਸਿੱਧੂ ਮੂਸੇਵਾਲੇ ਨੇ ਆਪਣੇ ਛੋਟੇ ਜਿਹੇ 뮤직 ਕੈਰੀਅਰ ਦੇ ਦੌਰਾਨ ਜਿੱਥੇ ਕੁਝ ਖਾਸ ਗੱਲਾਂ ਕੀਤੀਆਂ ਸਨ ਤੇ ਦੌਰਾਨ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਸ ਦੀ ਵੱਡੀ ਫੈਨ ਫਾਲੋਇੰਗ ਵੀ ਸੀ ਆਪਣੇ ਗੀਤਾ ਰਾਹੀਂ ਉਹ ਅਕਸਰ ਆਪਣੇ ਵਿਰੋਧੀਆਂ ਨੂੰ ਜਵਾਬ ਵੀ ਦਿੰਦੇ ਰਹਿੰਦੇ ਸਨ ਪਰ ਸਿੱਧੂ ਦੇ ਜਾਣ ਤੋਂ ਬਾਅਦ ਮਾਪਿਆਂ ਨੇ ਸਿਰਫ ਇਨਸਾਫ ਦੀ ਹੀ ਮੰਗ ਕੀਤੀ ਹੈ ਦੂਜੇ ਪਾਸੇ ਅਮਰਤਪਾਲ ਸਿੰਘ ਦਾ ਵੀ ਮੰਨਣਾ ਹੈ ਕਿ ਸਿੱਧੂ ਦੇ ਮਾਪਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਲੱਖੇ ਸਿਧਾਣੇ ਦੇ ਉੱਪਰ ਹੋਏ ਪਰਚੇ ਨੂੰ ਲੈ ਕੇ ਵੀ ਲੋਕ ਪੰਜਾਬ ਸਰਕਾਰ ਦਾ ਵਿਰੋਧ ਕਰ ਰਹੇ ਨੇ ਸਭ ਤੋਂ ਪਹਿਲਾਂ ਸਿੱਧੂ ਨੂੰ ਇਨਸਾਫ ਫਿਰ ਲਖੇ ਸੁਧਾਣੇ ਦੇ ਉੱਪਰ ਹੋਇਆ ਝੂਠਾ ਪਰਚਾ ਰੱਦ ਕਰਵਾਉਣ ਨੂੰ ਲੈ ਕੇ ਲਖੇ ਸੁਧਾਣੇ ਦੇ ਹੱਕ ਦੇ ਵਿੱਚ ਲੋਕ ਨਿੱਤਰਦੇ ਹੋਏ ਨਜ਼ਰ ਆ ਰਹੇ ਨੇ ਸੁਮਿਲ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ